लुधियाना के रेस्टोरेंट में एनआरआई पीड़ितों द्वारा सगनों का त्योहार तीज का उत्सव बड़ी धूमधाम से मनाया गया। एनआरआई पतियों की बेरुखी और बेवफाई का शिकार हुई पत्नियों की जिंदगियों को सुधारने के लिए लुधियाना की एक एनजीओ ने जिम्मा उठाया है। इस संबंधी जानकारी देते हुए पीड़ित लड़कियों ने बताया कि आज वह भी पंजाबी पहरावे में सच धज कर आई है और यहाँ आकर उन्होंने गिद्दा डाला, वही पंजाबी स्किट के जरिए तीज का महत्व भी बताया। बाबा दीप सिंह वेलफेयर सिटी जिड़ी हमेशा लोगों की सेवा लिए वचनबद्ध है। जिहड़िया एन आर आई लाड़े जिहड़े धोखा करके लड़के नूं विआह करा के छड्ड के भज जांदे ने, उन्हां दे लई जिहड़ा समाज दे विच उहनूं बहुत लोग ईरखा की नज़र नाल देखदे ने, हीन भावना उहनूं च आउंदी है बई असीं तैयार कादे वास्ते होणा। इह लड़के ने मेरे नाल गल करी वी आपां तीआं मनाउणियां ने, तां विच कोई गल होई वी तुसीं किहनूं तैयार हो के दिखाउणा, ਅਤੇ ਮੈਂ ਇਹਨਾਂ ਦਾ ਮਨ ਦਾ ਜਜ਼ਬਾ ਸਮਝਿਆ ਕਿ ਇਹਨਾਂ ਨੇ ਜਦੋਂ ਗੱਲ ਕਰੀਏ ਕਹਿੰਦੇ ਅਸੀਂ ਅੱਜ ਵੀ ਆਪਣੇ ਸ਼ੋਹਰ ਦੀ ਆਪਣੇ ਹਸਬੈਂਡ ਦੀ ਵੇਟ ਕਰ ਰਹੇ ਹਾਂ ਵੀ ਸ਼ਾਇਦ ਮਨ ਦੇ ਵਿੱਚ ਮਿਹਰ ਪਾਈ ਅਸੀਂ ਉਹਦੇ ਲਈ ਅੱਜ ਸੱਜ ਧਰ ਕੇ ਤੀਆਂ ਦਾ ਤਿਉਹਾਰ ਮਨਾਵਾਂਗੇ। ਇਸ ਵਿੱਚ ਅਸੀਂ ਇਹ ਦੇਖਿਆ ਕਿ ਜਿਹੜੀਆਂ ਕੁੜੀਆਂ ਨੇ ਨਾ ਵਿਆਹੀਆਂ ਨੇ ਨਾ ਕੁਆਰੀਆਂ ਨੇ ਔਰ ਆਪਣਾ ਜਿਹੜਾ ਸ਼ਿੰਗਾਰ ਆ ਉਹ ਭੁੱਲ ਚੁੱਕੀਆਂ ਨੇ ਕਿਉਂਕਿ ਜਿਹੜੇ ਹਸਬੈਂਡ ਆ ਉਹ ਧੋਖਾ ਦੇ ਕੇ ਗਏ ਹੋਏ ਆ। ਅਤੇ ਫਿਰ ਅਸੀਂ ਕੁਲਵੰਤ ਸਿੰਘ ਸਿੱਧੂ ਵੀਰ ਜੀ ਦੀ ਰਹਿਨਮਾਈ ਇੱਥੇ ਮਨਾ ਰਹੇ ਹਾਂ ਕਿਉਂਕਿ ਵੀਰ ਜੀ ਨੇ ਸਾਨੂੰ ਇਹ ਚੀਜ਼ ਗਾਈਡ ਕੀਤੀ ਹੈ ਕਿ ਤੁਸੀਂ ਸਮਾਜ ਨਾਲੋਂ ਟੁੱਟੋ ਨਾ, ਕਿਉਂਕਿ ਅਗਰ ਜੇ ਅਸੀਂ ਸ਼ਿੰਗਾਰ ਕਰਨੇ ਬੰਦ ਕਰ ਦਿੱਤੇ, ਜੇ ਅਸੀਂ ਕਿਤੇ ਸ਼ਿੰਗਾਰ ਕਰਦੇ ਹਾਂ ਨਾ ਤਾਂ ਲੋਕ ਸਾਨੂੰ ਇਸ ਨਜ਼ਰ ਨਾਲ ਦੇਖਦੇ ਆ ਕਿ ਹਸਬੈਂਡ ਨਾਲ ਕੇਸ ਚੱਲਦਾ ਆ, ਅਤੇ ਇਸ ਕਰਕੇ ਇਹ ਜਿਹੜੀ ਕੁੜੀ ਹੈ ਕਾਹਦੇ ਲਈ ਸ਼ਿੰਗਾਰ ਕਰਦੀ ਹੈ। ਅਸੀਂ ਆਪਣੇ ਸਮਾਜ ਦੀ ਜਿਹੜੀ ਸੋਚ ਆ ਉਹ ਬਦਲਣਾ ਚਾਹੁੰਦੇ ਹਾਂ ਅਤੇ ਇਹਨਾਂ ਧੀਆਂ ਨੂੰ ਅੱਗੇ ਤਾਂ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਇਹ ਆਪਣੇ ਆਪ ਨੂੰ ਸਮਾਜ ਨਾਲ ਟੁੱਟੇ ਹੋਏ ਮਹਿਸੂਸ ਨਾ ਕਰਨ। ਜਿਹੜੀਆਂ ਸਾਡੀਆਂ ਪਰਸਨਲ ਇੱਕ ਅਸੀਂ ਆਪਣੀ ਜ਼ਿੰਦਗੀ ਨੂੰ ਜੀਣਾ ਭੁੱਲ ਗਏ ਸੀ, ਪਰਸਨਲ ਜਿਹੜੀਆਂ ਸਾਡੀਆਂ ਖੁਸ਼ੀਆਂ ਸੀ ਇੱਕ ਉਹ ਦੱਬ ਕੇ ਰਹਿ ਗਈਆਂ ਸੀ ਇਹਨਾਂ ਚੀਜ਼ਾਂ ਦੇ ਵਿੱਚ। ਅਤੇ ਅੱਜ ਅਸੀਂ ਆਪਣੇ ਹੀ ਟੀਮ ਦੇ ਮਾਧਿਅਮ ਦੇ ਨਾਲ, ਆਪਣੇ ਹੀ ਸੰਸਥਾ ਦੇ ਮਾਧਿਅਮ ਦੇ ਨਾਲ ਅਸੀਂ ਆਪਣੀ ਉਹੀ ਪੁਰਾਣੀ ਜ਼ਿੰਦਗੀ ਨੂੰ ਫੇਰ ਜੀਣ ਦੀ ਕੋਸ਼ਿਸ਼ ਕੀਤੀ ਆ ਜਦ ਅਸੀਂ ਆਪਣੀ ਵਿਆਹਤਾ ਜ਼ਿੰਦਗੀ ਸ਼ੁਰੂ ਕੀਤੀ ਸੀਗੀ। ਅਤੇ ਅਸੀਂ ਉਹਨਾਂ ਚਾਵਾਂ ਨੂੰ ਦੁਬਾਰਾ ਅੱਜ ਫਿਰ ਤੋਂ ਦੁਹਰਾ ਰਹੇ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਸਦਮੇ 'ਚੋਂ ਨਿਕਲ ਕੇ ਵਧੀਆ ਤਰੀਕੇ ਨਾਲ ਆਮ ਜਨਤਾ ਵਾਂਗੂ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕੀਏ। ਮੇਰਾ ਨਾਮ ਸਰਬਜੀਤ ਹੈ, ਮੈਂ ਗੁਰਦਾਸਪੁਰ ਦੀ ਹਾਂ, ਰਹਿਣ ਵਾਲੀ ਇਨਲੋਜ ਮੇਰੇ ਗੁਰਦਾਸਪੁਰ ਹੈ। ਮੇਰੇ ਹਸਬੈਂਡ ਨੂੰ ਅੱਜ 10 ਸਾਲ ਹੋ ਗਏ ਆ ਕੈਨੇਡਾ ਗਏ ਨੂੰ। ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਕੀ ਰੀਜ਼ਨ ਆ ਉਹ ਮੈਨੂੰ ਛੱਡ ਕੇ ਚਲਾ ਗਿਆ, ਬਟ ਜਦੋਂ ਦਾ ਗਿਆ ਉਹ ਵਾਪਸ ਨਹੀਂ ਆਇਆ। ਮੇਰੀ ਖੁਦ ਦੀ ਬੇਟੀ ਹੈ, 10 ਸਾਲ ਦੀ ਉਹ ਵੀ, ਅਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਅਸੀਂ ਇਹ ਨਹੀਂ ਕਿ ਸ਼ਿੰਗਾਰ ਕਰਨਾ ਭੁੱਲ ਚੁੱਕੀਆਂ ਵਾਂ, ਅਸੀਂ ਇੰਨੀਆਂ ਜ਼ਿਆਦਾ ਦੁਖੀ ਕੁੜੀਆਂ ਵਾਂ, ਸਾਰੀਆਂ ਜਣੀਆਂ ਵਿਕਟਮ ਹੈ। ਅੱਜ ਅਸੀਂ ਇਹ ਤਿਉਹਾਰ ਮਨਾ ਕੇ ਇਹ ਸਾਬਿਤ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਵੀ ਸ਼ਿੰਗਾਰ ਕਰਨੇ ਆਉਂਦੇ, ਸਾਡੇ ਅੰਦਰ ਵੀ ਖੁਸ਼ੀਆਂ ਹੈ। ਜਦੋਂ ਕਿਤੇ ਕੋਈ ਫੰਕਸ਼ਨ ਹੁੰਦਾ, ਜਦੋਂ ਇਕੱਲੀਆਂ ਜਾਂਦੀਆਂ, ਜੇ ਅਸੀਂ ਤਿਆਰ ਹੋ ਕੇ ਜਾਂਦੀਆਂ ਤਾਂ ਸਾਨੂੰ ਕਹਿੰਦੇ ਕਿ ਕਿਹਦੇ ਵਾਸਤੇ ਤਿਆਰ ਹੋਈਆਂ ਤੁਸੀਂ, ਕਦ ਤੋਂ ਇੰਨਾ ਸੱਜ ਧੱਜ ਕੇ ਆਈਆਂ ਵੋ। ਅਤੇ ਅੱਜ ਇੱਥੇ ਇਕੱਠੀਆਂ ਹੋ ਕੇ ਅਸੀਂ ਇਹ ਸਾਬਿਤ ਕਰਦੇ ਹਾਂ ਕਿ ਅਸੀਂ ਵੀ ਖੁਸ਼ੀ ਮਨਾਉਣਾ ਜਾਣਦੀਆਂ ਵਾਂ, ਅਸੀਂ ਦੁੱਖ ਭੁੱਲ ਕੇ ਤੀਆਂ ਮਨਾਉਣਾ ਚਾਹੁੰਦੀਆਂ ਵਾਂ। ਅਸੀਂ ਇਸ ਕਰਕੇ ਅੱਜ ਸਾਰੀ ਇਕੱਠੀਆਂ ਹੋ ਕੇ ਸ਼ਿੰਗਾਰ ਕਰਕੇ ਆਪਣੇ ਮਨ ਦੇ ਚਾਅ ਪੂਰੇ ਕਰਦੇ ਹਾਂ।